ਨਫੇ ਸਿੰਘ ਰਾਠੀ ਕਤਲਕਾਂਡ ਦੇ ਨਾਲ ਜੁੜੀ ਵੱਡੀ ਸੀਸੀਟੀਵੀ ਸਾਹਮਣੇ ਆਈ ਹੈ। ਇਨੈਲੋ ਨੇਤਾ ਦੀ ਗੱਡੀ ਦੇ ਪਿੱਛੇ ਪਿੱਛੇ ਹਮਲਾਵਰਾਂ ਦੀ ਕਾਰ ਦਿਖਾਈ ਦੇ ਰਹੀ ਹੈ ਤੇ ਸ਼ੱਕੀ ਕਾਤਲਾਂ ਦੀ ਤਸਵੀਰ ਵੀ ਸੀਸੀਟੀਵੀ ਕੈਮਰਿਆਂ 'ਚ ਕੈਦ ਹੋਈ ਹੈ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਹਰਿਆਣਾ ਤੋਂ ਸਾਹਮਣੇ ਆ ਰਹੀ ਹੈ। ਤਾਂ ਨਫੇ ਸਿੰਘ ਰਾਠੀ ਕਤਲਕਾਂਡ ਦੇ ਨਾਲ ਜੁੜੀ ਇਹ ਪਹਿਲੀ ਐਕਸਕਲੂਸਿਵ ਸੀਸੀਟੀਵੀ ਤਸਵੀਰ ਸਾਹਮਣੇ ਆਈ ਹੈ, ਜਿਸ ਦੇ ਵਿੱਚ ਇਨੈਲੋ ਨੇਤਾ ਦੀ ਗੱਡੀ ਦੇ ਪਿੱਛੇ ਪਿੱਛੇ ਹਮਲਾਵਰਾਂ ਦੀ ਕਾਰ ਦਿਖਾਈ ਦੇ ਰਹੀ ਹੈ। ਤਾਂ ਦੱਸ ਦਈਏ ਕਿ ਗੈਂਗਸਟਰਾਂ ਦੀਆਂ ਕਾਰ ਦੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ। ਤਾਂ ਨਫੇ ਸਿੰਘ ਦੀ ਗੱਡੀ ਦੇ ਪਿੱਛੇ ਪਿੱਛੇ ਸ਼ੂਟਰਾਂ ਦੀ ਕਾਰ ਦਿਖਾਈ ਦੇ ਰਹੀ ਹੈ। ਸ਼ੱਕੀ ਕਾਤਲਾਂ ਦੀ ਤਸਵੀਰਾਂ ਵੀ ਸੀਸੀਟੀਵੀ ਕੈਮਰਿਆਂ 'ਚ ਕੈਦ ਹੋਈਆਂ ਨੇ। ਸਫੇਦ ਰੰਗ ਦੀ ਕਾਰ ਦੇ ਵਿੱਚ ਨਫੇ ਸਿੰਘ ਰਾਠੀ ਦਾ ਪਿੱਛਾ ਕੀਤਾ ਜਾ ਰਿਹਾ ਸੀ ਤੇ ਜਿਵੇਂ ਹੀ ਇਹਨਾਂ ਨੂੰ ਮੌਕਾ ਮਿਲਿਆ ਤਾਂ ਮੌਕੇ ਦੇ ਉੱਤੇ ਹੀ ਇਹਨਾਂ ਨੇ ਨਫੇ ਸਿੰਘ ਰਾਠੀ ਦੇ ਉੱਤੇ ਗੋਲੀਆਂ ਬਰਸਾ ਦਿੱਤੀਆਂ, ਜਿਸ ਦੇ ਵਿੱਚ ਉਹਨਾਂ ਦੀ ਦਰਦਨਾਕ ਮੌਤ ਹੋ ਗਈ ਹੈ। ਦੱਸ ਦਈਏ ਕਿ ਕੱਲ੍ਹ ਇਨੈਲੋ ਦੇ ਸੂਬਾ ਪ੍ਰਧਾਨ ਨਫੇ ਸਿੰਘ ਰਾਠੀ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਬਹਾਦੁਰਗੜ੍ਹ ਦੇ ਬਹਾਰੀ 'ਚ ਫਾਟਕ ਨੇੜੇ ਨਫੇ ਸਿੰਘ ਰਾਠੀ ਅਤੇ ਬਦਮਾਸ਼ਾਂ ਨੇ ਕਰੀਬ 40 ਰਾਊਂਡ ਗੋਲੀਆਂ ਚਲਾਈਆਂ। ਨਫੇ ਸਿੰਘ ਫੋਰਚੂਨਰ ਗੱਡੀ ਦੀ ਫਰੰਟ ਸੀਟ 'ਤੇ ਬੈਠੇ ਸਨ। ਹਮਲਾਵਰ I-20 ਗੱਡੀ ਦੇ ਵਿੱਚ ਆਏ ਸਨ। ਫਾਇਰਿੰਗ 'ਚ ਨਫੇ ਸਿੰਘ ਦੇ ਇੱਕ ਸਾਥੀ ਜੈ ਕਿਸ਼ਨ ਦੀ ਮੌਤ ਹੋ ਗਈ। ਗੋਲੀ ਲੱਗਣ ਨਾਲ ਦੋ ਨਿੱਜੀ ਸੁਰੱਖਿਆ ਕਰਮੀ ਜ਼ਖਮੀ ਹੋਏ ਨੇ। ਨਫੇ ਸਿੰਘ ਆਪਣੇ ਗਨਮੈਨ ਅਤੇ ਡਰਾਈਵਰ ਦੇ ਨਾਲ ਜਾ ਰਹੇ ਸਨ। ਤਾਂ ਦੱਸ ਦਈਏ ਕਿ ਹਰਿਆਣਾ ਦੇ ਵਿੱਚ ਇਹ ਸ਼ਰੇਆਮ ਗੋਲੀਆਂ ਮਾਰੀਆਂ ਗਈਆਂ ਸਨ ਅਤੇ ਹੁਣ ਸ਼ੂਟਰਾਂ ਦੀਆਂ ਪਹਿਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜਦੋਂ ਉਹਨਾਂ ਦੀ ਫੋਰਚੂਨਰ ਗੱਡੀ ਅੱਗੇ ਅੱਗੇ ਜਾ ਰਹੀ ਹੈ ਤਾਂ ਪਿੱਛੇ ਇੱਕ ਸਫੇਦ ਰੰਗ ਦੀ ਸ਼ੱਕੀ ਕਾਰ ਦਿਖਾਈ ਦੇ ਰਹੀ ਹੈ, ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਇਹ ਸ਼ੂਟਰ ਮੌਜੂਦ ਸਨ। ਤਾਂ ਲੰਬੇ ਸਮੇਂ ਤੋਂ ਇਹਨਾਂ ਦਾ ਪਿੱਛਾ ਜੋ ਹੈ ਕੀਤਾ ਗਿਆ ਅਤੇ ਜਿਵੇਂ ਹੀ ਉਹਨਾਂ ਨੂੰ ਮੌਕਾ ਮਿਲਿਆ ਤਾਂ ਉਹਨਾਂ ਨੇ ਤੁਰੰਤ ਨਫੇ ਸਿੰਘ ਦੇ ਉੱਤੇ ਗੋਲੀਆਂ ਬਰਸਾ ਦਿੱਤੀਆਂ, ਜਿਸ ਦੇ ਵਿੱਚ ਉਹਨਾਂ ਦੀ ਅਤੇ ਉਹਨਾਂ ਦੇ ਇੱਕ ਸਾਥੀ ਦੀ ਦਰਦਨਾਕ ਮੌਤ ਹੋਈ ਹੈ। ਨਫੇ ਸਿੰਘ ਰਾਠੀ ਕਤਲਕਾਂਡ ਦੇ ਨਾਲ ਜੁੜੀ ਵੱਡੀ ਸੀਸੀਟੀਵੀ ਸਾਹਮਣੇ ਆਈ ਹੈ। ਇਨੈਲੋ ਨੇਤਾ ਦੀ ਗੱਡੀ ਦੇ ਪਿੱਛੇ ਪਿੱਛੇ ਹਮਲਾਵਰਾਂ ਦੀ ਕਾਰ ਦਿਖਾਈ ਦੇ ਰਹੀ ਹੈ ਅਤੇ ਸ਼ੱਕੀ ਕਾਤਲਾਂ ਦੀ ਤਸਵੀਰ ਵੀ ਸੀਸੀਟੀਵੀ ਕੈਮਰਿਆਂ 'ਚ ਕੈਦ ਹੋਈ ਹੈ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਹਰਿਆਣਾ ਤੋਂ ਸਾਹਮਣੇ ਆ ਰਹੀ ਹੈ। ਤਾਂ ਨਫੇ ਸਿੰਘ ਰਾਠੀ ਕਤਲਕਾਂਡ ਦੇ ਨਾਲ ਜੁੜੀ ਇਹ ਪਹਿਲੀ ਐਕਸਕਲੂਸਿਵ ਸੀਸੀਟੀਵੀ ਤਸਵੀਰ ਸਾਹਮਣੇ ਆਈ ਹੈ, ਜਿਸ ਦੇ ਵਿੱਚ ਇਨੈਲੋ ਨੇਤਾ ਦੀ ਗੱਡੀ ਦੇ ਪਿੱਛੇ ਪਿੱਛੇ ਹਮਲਾਵਰਾਂ ਦੀ ਕਾਰ ਦਿਖਾਈ ਦੇ ਰਹੀ ਹੈ। ਤਾਂ ਦੱਸ ਦਈਏ ਕਿ ਗੈਂਗਸਟਰਾਂ ਦੀਆਂ ਕਾਰ ਦੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ। ਤਾਂ ਨਫੇ ਸਿੰਘ ਦੀ ਗੱਡੀ ਦੇ ਪਿੱਛੇ ਪਿੱਛੇ ਸ਼ੂਟਰਾਂ ਦੀ ਕਾਰ ਦਿਖਾਈ ਦੇ ਰਹੀ ਹੈ। ਸ਼ੱਕੀ ਕਾਤਲਾਂ ਦੀ ਤਸਵੀਰਾਂ ਵੀ ਸੀਸੀਟੀਵੀ ਕੈਮਰਿਆਂ 'ਚ ਕੈਦ ਹੋਈਆਂ ਨੇ। ਸਫੇਦ ਰੰਗ ਦੀ ਕਾਰ ਦੇ ਵਿੱਚ ਨਫੇ ਸਿੰਘ ਰਾਠੀ ਦਾ ਪਿੱਛਾ ਕੀਤਾ ਜਾ ਰਿਹਾ ਸੀ ਅਤੇ ਜਿਵੇਂ ਹੀ ਇਹਨਾਂ ਨੂੰ ਮੌਕਾ ਮਿਲਿਆ ਤਾਂ ਮੌਕੇ ਦੇ ਉੱਤੇ ਹੀ ਇਹਨਾਂ ਨੇ ਨਫੇ ਸਿੰਘ ਰਾਠੀ ਦੇ ਉੱਤੇ ਗੋਲੀਆਂ ਬਰਸਾ ਦਿੱਤੀਆਂ, ਜਿਸ ਦੇ ਵਿੱਚ ਉਹਨਾਂ ਦੀ ਦਰਦਨਾਕ ਮੌਤ ਹੋ ਗਈ ਹੈ। ਦੱਸ ਦਈਏ ਕਿ ਕੱਲ੍ਹ ਇਨੈਲੋ ਦੇ ਸੂਬਾ ਪ੍ਰਧਾਨ ਨਫੇ ਸਿੰਘ ਰਾਠੀ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਬਹਾਦੁਰਗੜ੍ਹ ਦੇ ਬਹਾਰੀ 'ਚ ਫਾਟਕ ਨੇੜੇ ਨਫੇ ਸਿੰਘ ਰਾਠੀ ਅਤੇ ਬਦਮਾਸ਼ਾਂ ਨੇ ਕਰੀਬ 40 ਰਾਊਂਡ ਗੋਲੀਆਂ ਚਲਾਈਆਂ। ਨਫੇ ਸਿੰਘ ਫੋਰਚੂਨਰ ਗੱਡੀ ਦੀ ਫਰੰਟ ਸੀਟ 'ਤੇ ਬੈਠੇ ਸਨ। ਹਮਲਾਵਰ I-20 ਗੱਡੀ ਦੇ ਵਿੱਚ ਆਏ ਸਨ। ਫਾਇਰਿੰਗ 'ਚ ਨਫੇ ਸਿੰਘ ਦੇ ਇੱਕ ਸਾਥੀ ਜੈ ਕਿਸ਼ਨ ਦੀ ਮੌਤ ਹੋ ਗਈ। ਗੋਲੀ ਲੱਗਣ ਨਾਲ ਦੋ ਨਿੱਜੀ ਸੁਰੱਖਿਆ ਕਰਮੀ ਜ਼ਖਮੀ ਹੋਏ ਨੇ। ਨਫੇ ਸਿੰਘ ਆਪਣੇ ਗਨਮੈਨ ਅਤੇ ਡਰਾਈਵਰ ਦੇ ਨਾਲ ਜਾ ਰਹੇ ਸਨ। ਤਾਂ ਦੱਸ ਦਈਏ ਕਿ ਹਰਿਆਣਾ ਦੇ ਵਿੱਚ ਇਹ ਸ਼ਰੇਆਮ ਗੋਲੀਆਂ ਮਾਰੀਆਂ ਗਈਆਂ ਸਨ ਅਤੇ ਹੁਣ ਸ਼ੂਟਰਾਂ ਦੀਆਂ ਪਹਿਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜਦੋਂ ਉਹਨਾਂ ਦੀ ਫੋਰਚੂਨਰ ਗੱਡੀ ਅੱਗੇ ਅੱਗੇ ਜਾ ਰਹੀ ਹੈ ਤਾਂ ਪਿੱਛੇ ਇੱਕ ਸਫੇਦ ਰੰਗ ਦੀ ਸ਼ੱਕੀ ਕਾਰ
ਦਿਖਾਈ ਦੇ ਰਹੀ ਹੈ, ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਇਹ ਸ਼ੂਟਰ ਮੌਜੂਦ ਸਨ। ਤਾਂ ਲੰਬੇ ਸਮੇਂ ਤੋਂ ਇਹਨਾਂ ਦਾ ਪਿੱਛਾ ਜੋ ਹੈ ਕੀਤਾ ਗਿਆ, ਅਤੇ ਜਿਵੇਂ ਹੀ ਉਹਨਾਂ ਨੂੰ ਮੌਕਾ ਮਿਲਿਆ ਤਾਂ ਉਹਨਾਂ ਨੇ ਤੁਰੰਤ ਨਫੇ ਸਿੰਘ ਦੇ ਉੱਤੇ ਗੋਲੀਆਂ ਬਰਸਾ ਦਿੱਤੀਆਂ, ਜਿਸ ਦੇ ਵਿੱਚ ਉਹਨਾਂ ਦੀ ਅਤੇ ਉਹਨਾਂ ਦੇ ਇੱਕ ਸਾਥੀ ਦੀ ਦਰਦਨਾਕ ਮੌਤ ਹੋਈ ਹੈ।